ਜਨਨੀ ਜਨੈ ਤਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਇੱਧਰ ਸੰਗਤਾਂ ਬੈਠੀਆਂ, ਉਹਨਾਂ ਨੂੰ ਬੇਨਤੀ ਆ ਕਿ ਥੋੜ੍ਹਾ ਇੱਧਰ ਨੂੰ ਹੋ ਜਾਓ, ਸਾਡੇ ਕੋਲ ਸਲਾਈਡ ਸ਼ੋਅ ਫੋਟੋਆਂ ਆ, ਜੇ ਨਹੀਂ ਦੀਦੀਆਂ ਤਾਂ ਥੋੜ੍ਹਾ ਇੱਧਰ ਨੂੰ ਹੋ ਜਾਓ। ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ ਉਹਨਾਂ ਸ਼ਹੀਦਾਂ ਦੀ ਯਾਦ 'ਚ ਜਿਨ੍ਹਾਂ ਨੇ 1984 'ਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਪਰ ਸਾਡਾ ਅੱਜ ਦਾ ਮੁੱਦਾ ਆ ਸਿੱਖ ਇਤਿਹਾਸ ਵਿੱਚ ਬੀਬੀਆਂ ਦਾ ਕਿੰਨਾ ਯੋਗਦਾਨ ਸੀ। ਉਹਨਾਂ ਨੇ ਆਪਣੇ ਪੁੱਤਰਾਂ ਨੂੰ ਜਾਂ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਕਿੰਨੀ ਸਿੱਖਿਆ ਦਿੱਤੀ ਕਿ ਉਹ ਸਿੱਖ ਇਤਿਹਾਸ ਲਈ ਸ਼ਹੀਦੀਆਂ ਪ੍ਰਾਪਤ ਕਰ ਗਏ। ਔਰਤ ਹੋਣਾ ਉਸ ਅਕਾਲ ਪੁਰਖ ਦੀ ਅਪਾਰ ਰਹਿਮਤ ਹੈ। ਇੱਕ ਪੈਦਾ ਕਰਦਾ ਹੈ ਅਕਾਲ ਪੁਰਖ ਅਤੇ ਦੂਜੀ ਚਾਨਣੀ ਹੁੰਦੀ ਹੈ ਮਾਂ। ਜੇ ਰੱਬ ਤੋਂ ਬਾਅਦ ਕੋਈ ਰਿਸ਼ਤਾ ਪੂਜਣ ਯੋਗ ਹੈ ਤਾਂ ਉਹ ਸਿਰਫ ਇੱਕ ਮਾਂ ਦਾ ਹੈ। ਔਰਤ ਅਕਾਲ ਪੁਰਖ ਦੇ ਘਰੋਂ ਕਿੰਨੀ ਸਤਿਕਾਰੀ ਗਈ ਹੈ ਅਤੇ ਗੁਰਬਾਣੀ ਵਿੱਚ ਸਤਿਗੁਰੂ ਲਿਖਦੇ ਹਨ, ਨਾਰੀ ਅੰਦਰ ਸੋਹਣੀ, ਮਸਤਕ ਮਨੀ ਪਿਆਰ। ਪਰ ਬਸ ਬਦਕਿਸਮਤੀ ਦੀ ਗੱਲ ਇਹ ਹੈ ਕਿ ਆਪਾਂ ਇਸ ਵਿਰਾਸਤ ਨੂੰ ਜਾਣਦੇ ਹੀ ਨਹੀਂ। ਜੇ ਆਪਾਂ ਗੱਲ ਕਰੀਏ ਉਹਨਾਂ ਇਤਿਹਾਸਿਕ ਬੀਬੀਆਂ ਦੀ ਅਤੇ ਹੁਣ ਦੀਆਂ ਬੀਬੀਆਂ ਦੀ, ਸਾਡੇ 'ਚ ਕਿੰਨਾ ਫਰਕ ਪੈ ਗਿਆ ਪਹਿਲਾਂ ਨਾਲੋਂ। ਇਹ ਆਪਾਂ ਗੱਲ ਸ਼ੁਰੂ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਦੀ ਭੈਣ ਬੀਬੀ ਨਾਨਕੀ ਤੋਂ, ਜਿਨ੍ਹਾਂ ਨੇ ਆਪਣੇ ਵੀਰ ਨੂੰ ਪੀਰ ਕਰਕੇ ਜਾਣਿਆ। ਉਹਨਾਂ ਨੇ ਜਦੋਂ ਲੋਕਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੇਈ ਨਦੀ 'ਚ ਡੁੱਬ ਗਏ ਆ, ਤਾਂ ਉਹਨਾਂ ਨੇ ਕਿਹਾ ਸੀ ਗੁਰੂ ਨਾਨਕ ਦੇਵ ਜੀ ਤਾਂ ਲੋਕਾਂ ਨੂੰ ਤਾਰਨ ਆਏ, ਉਹ ਕਿੱਦਾਂ ਡੁੱਬ ਸਕਦੇ ਆ। ਅਤੇ ਜਿੱਥੇ ਉਹਨਾਂ ਨੇ ਇੱਕ ਚੰਗੀ ਭੈਣ ਹੋ ਕੇ ਦਿਖਾਇਆ, ਉੱਥੇ ਇੱਕ ਚੰਗੀ ਨਣਾਨ ਹੋਣ ਦਾ ਵੀ ਫਰਜ਼ ਨਿਭਾਇਆ ਬੀਬੀ ਸੁਲੱਖਣੀ ਜੀ ਨਾਲ। ਅੱਜ ਦੀਆਂ ਧੀਆਂ ਨੂੰ ਆਪਾਂ ਨੂੰ ਵੀ ਜਾਗਣ ਦੀ ਲੋੜ ਆ ਕਿ ਅਸੀਂ ਵੀ ਬੀਬੀ ਨਾਨਕੀ ਵਾਂਗੂ ਚੰਗੀਆਂ ਆਪਣੇ ਵੀਰਾਂ ਦੀਆਂ ਚੰਗੀਆਂ ਭੈਣਾਂ ਬਣੀਏ ਅਤੇ ਉਹਨਾਂ ਨੂੰ ਵੀ ਚੰਗੇ ਪਾਸੇ ਲਾਈਏ ਅਤੇ ਆਪ ਵੀ ਫਿਰ ਸਿੱਖ ਜੀਵਨ ਧਾਰੀਏ ਅਤੇ ਗੁਰਬਾਣੀ ਵੱਲ ਨੂੰ ਚੱਲੀਏ। ਇੱਕ ਚੰਗੀ ਭੈਣ ਹੋਣ ਦੇ ਨਾਲ ਨਾਲ ਆਪਣੇ ਇੱਕ ਚੰਗੀ ਧੀ ਹੋਣਾ ਵੀ ਬਹੁਤ ਜ਼ਰੂਰੀ ਆ। ਅਤੇ ਗੱਲ ਕਰੀਏ ਬੀਬੀ ਭਾਨੀ ਜੀ ਦੀ, ਜਿਨ੍ਹਾਂ ਨੇ ਇੱਕ ਮਿਸਾਲ ਪੈਦਾ ਕੀਤੀ ਸਿੱਖ ਧਰਮ ਦੇ ਵਿੱਚ। ਉਹਨਾਂ ਨੇ ਗੁਰੂ ਅਮਰਦਾਸ ਜੀ ਦੀ ਇੱਕ ਚੰਗੀ ਪੁੱਤਰੀ ਬਣ ਕੇ ਦਿਖਾਇਆ ਅਤੇ ਉਹਨਾਂ ਦੀ ਸੱਚੇ ਮਨ ਨਾਲ ਸੇਵਾ ਕੀਤੀ। ਜਦੋਂ ਵੀ ਉਹਨਾਂ ਜੋ ਵੀ ਹੁਕਮ ਦਿੱਤਾ ਉਸਦੀ ਪਾਲਣਾ ਕੀਤੀ। ਜਦੋਂ ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਵਿਆਹ ਬੀਬੀ ਜੀ ਦਾ ਵਿਆਹ ਘੁੱਗਣੀਆਂ ਵੇਚਣ ਵਾਲੇ ਭਾਈ ਜੇਠਾ ਜੀ ਦੇ ਨਾਲ ਤੈਅ ਕਰਤਾ ਅਤੇ ਉਹਨਾਂ ਨੇ ਉਹਨਾਂ ਦਾ ਖਿੜ ਮੱਥੇ ਸਤਿਕਾਰ ਕੀਤਾ ਅਤੇ ਉਹਨਾਂ ਦੀ ਸੱਚੇ ਮਨ ਨਾਲ ਸੇਵਾ ਕੀਤੀ। ਉਹਨਾਂ ਨੇ ਹਰੇਕ ਰਿਸ਼ਤੇ ਨੂੰ ਬੜੀ ਬਹੁਤ ਖੂਬੀ ਨਾਲ ਨਿਭਾਇਆ, ਚਾਹੇ ਉਹ ਰਿਸ਼ਤਾ ਇੱਕ ਧੀ ਦਾ ਹੋਵੇ ਗੁਰੂ ਅਮਰਦਾਸ ਜੀ ਦੇ ਨਾਲ, ਚਾਹੇ ਉਹਨਾਂ ਦਾ ਇੱਕ ਪਤਨੀ ਦਾ ਰਿਸ਼ਤਾ ਹੋਵੇ ਗੁਰੂ ਰਾਮਦਾਸ ਜੀ ਦੇ ਨਾਲ, ਚਾਹੇ ਇੱਕ ਮਾਂ ਦਾ ਰਿਸ਼ਤਾ ਹੋਵੇ ਗੁਰੂ ਅਰਜਨ ਦੇਵ ਜੀ ਦੇ ਨਾਲ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਇੱਕ ਸੱਚੀ ਮਾਂ ਦਾ ਸਿੱਖਿਆ ਦਿੱਤੀ, ਉਹਨਾਂ ਨੂੰ ਗੁਰੂ ਦੇ ਨਾਲ ਲਾਇਆ, ਗੁਰਬਾਣੀ ਦੇ ਨਾਲ ਜੋੜਿਆ ਅਤੇ ਉਹਨਾਂ ਨੂੰ ਅਸੀਸ ਦਿੱਤੀ। ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਾਨੂੰ ਅੱਜ ਦੀਆਂ ਮਾਵਾਂ ਨੂੰ ਵੀ ਉਸ ਮਾਤਾ ਦੇ ਵਾਂਗੂ ਗੁਰਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਤਾਂ ਕਿ ਆਪਾਂ ਸਿੱਖੀ ਆਪਣੀ ਕੌਮ ਨੂੰ ਪ੍ਰਫੁੱਲਤ ਕਰ ਸਕੀਏ ਅਤੇ ਆਪਣੇ ਸਿੱਖ ਕੌਮ ਦੇ ਵਿੱਚ ਵੀ ਉਹ ਜਿਹੇ ਮਹਾਨ ਯੋਧੇ ਆ ਸਕਣ। ਗੁਰੂ ਅਰਜਨ ਦੇਵ ਜੀ ਨੇ ਪਹਿਲੇ ਸ਼ਹੀਦੀ ਹੋਣ ਦਾ ਮਾਣ ਪ੍ਰਾਪਤ ਕੀਤਾ ਕਿਉਂਕਿ ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਇਹੋ ਜਿਹੀ ਸਿੱਖਿਆ ਦਿੱਤੀ, ਗੁਰਬਾਣੀ ਦੇ ਨਾਲ ਜੋੜਿਆ ਅਤੇ ਗੁਰਬਾਣੀ ਪੜ੍ਹਨ ਦੇ ਨਾਲ ਲਾਇਆ। ਅਤੇ ਸਾਨੂੰ ਵੀ ਅੱਜ ਦੀਆਂ ਆਪਣੀਆਂ ਮਾਵਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ, ਉਹਨਾਂ ਨੂੰ ਆਪ ਪੜ੍ਹੀਏ ਗੁਰਬਾਣੀ ਅਤੇ ਆਪਣੇ ਬੱਚਿਆਂ ਨੂੰ ਵੀ ਨਾਲ ਜੋੜੀਏ। ਅਤੇ ਜਿੱਥੇ ਇੱਕ ਨੌਂ ਦੀ ਗੱਲ ਆਉਂਦੀ ਹੈ ਉੱਥੇ ਨਾਂ ਦਾ ਬੀਬੀ ਅਮਰੋ ਦਾ। ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ, ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਪੜ੍ਹਿਆ, ਸੁਣਿਆ ਅਤੇ ਆਪਣੀ ਜ਼ਿੰਦਗੀ ਵਿੱਚ ਅਪਣਾਇਆ। ਅਤੇ ਜਦੋਂ ਸਹੁਰੇ ਘਰ ਵੀ ਗਏ ਉੱਥੇ ਜਾ ਕੇ ਵੀ ਉਹਨਾਂ ਨੇ ਬਾਣੀ ਹਮੇਸ਼ਾ ਪੜ੍ਹੀ ਅਤੇ ਪੜ੍ਹਦਿਆਂ ਬਾਣੀ ਪੜ੍ਹਨ ਦੇ ਨਾਲ ਹੀ ਉਹਨਾਂ ਨੇ ਆਪਣੇ ਸਹੁਰਾ ਘਰ ਨੂੰ ਵੀ ਸਿੱਖੀ ਦਾ ਗੁਰਬਾਣੀ ਦਾ ਜਾਗ ਲਾਇਆ। ਅਤੇ ਜਿਨ੍ਹਾਂ ਦਾ ਸਦਕਾ ਗੁਰੂ ਅਮਰਦਾਸ ਜੀ ਵੀ, ਜੋ ਕਿ ਦੇਵੀ ਦੇਵਤਿਆਂ ਦੇ ਪੁਜਾਰੀ ਸੀ, ਉਹ ਵੀ ਸਿੱਖੀ ਵੱਲੋਂ ਤਰੇ ਅਤੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਬਣ ਗਏ। ਅਤੇ ਬੀਬੀ ਅਮਰੋ ਨੇ ਇੱਕ ਚੰਗੀ, ਜਿੱਥੇ ਉਹਨਾਂ ਨੇ ਗੁਰਬਾਣੀ ਪੜ੍ਹੀ ਹਮੇਸ਼ਾ, ਉੱਥੇ ਇੱਕ ਚੰਗੀ ਨੌਂ ਹੋਣ ਦਾ ਵੀ ਰਸਤਾ ਨਿਭਾਇਆ ਆਪਣੇ ਸਹੁਰੇ ਘਰ। ਅਤੇ ਅੱਜ ਜੇ ਆਪਾਂ ਦੇਖੀਏ ਆਪਣੇ ਘਰਾਂ 'ਚ ਇੱਕ ਨੌਂ ਸੱਤ ਦਾ ਰਸਤਾ ਕਿੰਨਾ ਬਦਨਾਮ ਕੀਤਾ ਗਿਆ। ਆਪਾਂ ਨੂੰ ਲੋੜ ਆ ਜਾਗਣ ਦੀ ਕਿ ਅਸੀਂ ਵੀ, ਜੇ ਆਪਾਂ ਹੁਣ ਮੇਰੇ ਵਰਗੀਆਂ ਭੈਣਾਂ ਜਿਹੜੀਆਂ, ਉਹਨਾਂ ਨੂੰ ਬੇਨਤੀ ਆ ਕਿ ਜਿੱਥੇ ਆਪਾਂ ਆਪਣੇ ਘਰਾਂ 'ਚ ਰਹਿੰਦੀਆਂ, ਜਦੋਂ ਵਿਆਹ ਤੋਂ ਪਹਿਲਾਂ ਤਾਂ ਆਪਣੀ ਮਾਵਾਂ ਨੂੰ ਬਹੁਤ ਸਤਿਕਾਰ ਦਿੰਦੀਆਂ, ਉੱਥੇ ਜਦੋਂ ਵਿਆਹ ਹੋ ਜਾਂਦਾ ਤਾਂ ਆਪਾਂ ਨੂੰ ਲੋੜ ਆ ਕਿ ਆਪਾਂ ਜਿਹੜੀਆਂ ਆਪਣੀਆਂ ਸੱਸਾਂ ਹੁੰਦੀਆਂ ਉਹਨਾਂ ਨੂੰ ਆਪਣੀਆਂ ਮਾਵਾਂ ਦਾ ਦਰਜਾ ਦੇਈਏ। ਅਤੇ ਇਹੀ ਗੱਲ ਸੱਸਾਂ ਨੂੰ ਵੀ ਆਉਂਦੀ ਹੈ ਕਿ ਉਹ ਵੀ ਆਪਣੀਆਂ ਜਿਹੜੀਆਂ ਨੌਂ ਹੁੰਦੀਆਂ ਉਹਨਾਂ ਨੂੰ
ਧੀਆਂ ਜਨਾ ਕਰ ਦੇਣ ਨਾ ਕਿ ਇੱਕ ਨੌ ਸਮਝ ਕੇ ਜਾਣਨ ਤੇ ਮਾਤਾ ਗੁਜਰੀ ਦੀ ਜੇ ਗੱਲ ਕਰੀਏ ਤਾਂ ਮਾਤਾ ਗੁਜਰੀ ਦੇ ਅੱਗੇ ਆਪਣੇ ਆਪ ਸਿਰ ਝੁਕ ਜਾਂਦਾ ਹੈ ਉਹ ਮਹਾਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਦਮ ਤੇ ਕਦਮ ਉਹਨਾਂ ਦਾ ਸਾਥ ਦਿੱਤਾ ਉਹਨਾਂ ਦੀ ਸੇਵਾ ਕੀਤੀ ਸੱਚੇ ਮਨ ਅਤੇ ਉਹਨਾਂ ਗੁਰੂ ਗੋਬਿੰਦ ਰਾਜ ਦੀ ਪਾਲਣਾ ਇਸ ਤਰ੍ਹਾਂ ਕੀਤੀ ਕਿ ਉਹਨਾਂ ਨੇ ਇੱਕ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਬਾਲ ਗੋਬਿੰਦ ਰਾਏ ਨੇ ਉਹਨਾਂ ਦੀ ਸਿੱਖਿਆ ਹੀ ਖਾਤਰ ਖੁਦ ਆਪਣੇ ਪਿਤਾ ਨੂੰ 7 ਸਾਲ ਦੀ ਉਮਰ ਦੇ ਵਿੱਚ ਦਿੱਲੀ ਦੇ ਲਈ ਤੋਰਿਆ ਅਤੇ ਜਿੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਤੇਗ ਬਹਾਦਰ ਜੀ ਨੇ ਅਤੇ ਮਾਤਾ ਗੁਜਰੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਬੱਚੇ ਨੂੰ ਕਿਹੋ ਜਿਹੀ ਸਿੱਖਿਆ ਦਿੱਤੀ ਕਿ ਉਹਨਾਂ ਨੇ ਸਿੱਖ ਕੌਮ ਦੇ ਵਿੱਚ ਇੱਕ ਨਵਾਂ ਕੀਤਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਕਰਕੇ ਅੱਜ ਆਪਾਂ ਸਿੱਖ ਹੋਣ ਦਾ ਗੌਰਵ ਹਾਸਿਲ ਕੀਤਾ ਹੈ ਅਤੇ ਉਹਨਾਂ ਦੀ ਸਿੱਖਿਆ ਹੀ ਸੀ ਕਿ ਉਹਨਾਂ ਨੇ ਆਪਣੇ ਛੋਟੇ ਪੋਤਿਆਂ ਨੂੰ ਵੀ ਇੱਦਾਂ ਦੀ ਸਿੱਖਿਆ ਦਿੱਤੀ ਕਿ ਉਹਨਾਂ ਵੀ ਜਦੋਂ ਸਰਸਾ ਨਦੀ ਦੇ ਵਿੱਚ ਪਰਿਵਾਰ ਵਿਛੋੜਾ ਪੈ ਜਾਂਦਾ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਮਾਤੀ ਦਾਦੀ ਮਾਂ ਦੀ ਇਹੋ ਜਿਹੀ ਉਹਨਾਂ ਨੂੰ ਪਰਵਰਿਸ਼ ਕੀਤੀ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਗੁਰਬਾਣੀ ਨਾਲ ਜੋੜਿਆ ਕਿ ਉਹ ਵਜੀਦੇ ਖਾਨ ਦੀ ਕਚਹਿਰੀ ਦੇ ਵਿੱਚ ਡੋਲੇ ਨੇ ਉਹਨਾਂ ਨੇ ਸਿੱਖੀ ਆਪਣੇ ਕੇਸਾਂ ਸਵਾਸਾਂ ਨਾਲ ਨਿਭਾਏ ਅਤੇ ਕਚਹਿਰੀ ਵਿੱਚ ਡੋਲੇ ਨੇ ਇੱਕ ਸ਼ਾਇਰ ਬਹੁਤ ਸੋਹਣੀਆਂ ਲਾਈਨਾਂ ਲਿਖਦਾ ਮਾਤਾ ਗੁਜਰੀ ਬਾਰੇ ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜਿਹੀ ਕਹਾਣੀ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾਂ ਪਤੀ ਦਿੱਤਾ ਫਿਰ ਪੋਤੇ ਦਿੱਤੇ ਆ ਹੁਣ ਮੌਤ ਕਹਿੰਦੀ ਹੈ ਆ ਚੱਲ ਗੁਜਰੀ ਗੁਜਰੀ ਤਾਂਹੀਓ ਲੋਕ ਆਖਦੇ ਨੇ ਮੈਨੂੰ ਜਿਹੜੀ ਆਈ ਸਿਰ ਤੇ ਉਹ ਮੈਂ ਚੱਲ ਗੁਜਰੀ ਇਹੋ ਜਿਹੀਆਂ ਮਾਵਾਂ ਨੂੰ ਵੀ ਆਪਣੇ ਵੱਲ ਹੋਣਾ ਚਾਹੀਦਾ ਹੈ ਕਿ ਉਹ ਮਾਤਾ ਗੁਜਰੀ ਵਰਗੀਆਂ ਬਣ ਸਕਣ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਕੌਮ ਵੱਲ ਲੈ ਕੇ ਆ ਸਕਣ ਤਾਂ ਹੀ ਆਪਾਂ ਜਿਸ ਸਿੱਖ ਕੌਮ ਦੀ ਗੱਲ ਕਰਦੇ ਹਾਂ ਉਹ ਪੂਰੀ ਹੋ ਸਕਦੀ ਹੈ ਜਿੱਥੇ ਆਪਾਂ ਮਹਾਨ ਸਿੰਘਣੀਆਂ ਦੀ ਗੱਲ ਕਰਦੇ ਹਾਂ ਉੱਥੇ ਮਾਤਾ ਭਾਗ ਕੌਰ ਦਾ ਵੀ ਇੱਕ ਬਹਾਦਰ ਸਿੱਖ ਇਸਤਰੀ ਦੇ ਵਿੱਚ ਨਾਂ ਆਉਂਦਾ ਹੈ ਜਿਨ੍ਹਾਂ ਨੇ ਗੁਰੂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅਤੇ ਸ਼ਾਸਤਰਧਾਰੀ ਹੋਏ ਜਦੋਂ ਸਿੰਘ ਵਧਾਵਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਗਏ ਸੀ ਤਾਂ ਉਹਨਾਂ ਨੇ ਉਹਨਾਂ ਸਿੰਘਾਂ ਨੂੰ ਵੰਗਾਰਿਆ ਸੀਗਾ ਕਿ ਤੁਸੀਂ ਚੂੜੀਆਂ ਪਾਈਆਂ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਦਾ ਸਾਥ ਛੱਡ ਕੇ ਆ ਗਿਆ ਅਤੇ ਉੱਥੇ